ਪਿੰਡ ਕਕਰਾਲਾ ਭਾਈਕਾ ਤਹਿਸੀਲ ਸਮਾਣਾ ਜ਼ਿਲ੍ਹਾ ਪਟਿਆਲਾ ਵਿਖੇ ਪੁਰਾਣੇ ਸਰਪੰਚਾਂ ਦਾ ਮਾਣ ਤਾਣ ਹੁੰਦਾ ਹੋਇਆ ਬਹੁਤ ਵਧੀਆ ਕੰਮ ਕਰਾਏ ਨੇ ਜਿਨ੍ਹਾਂ ਨੇ ਬਾਈ ਛੇ ਠੇਕੇ ਨਾ ਬਣਾਏ ਛੇ ਠੇਕੇ ਆਏ ਨੇ ਛੇ ਠੇਕਿਆਂ ਦਾ ਬਣ ਗਿਆ 25 ਕਰੋੜ ਰੁਪਇਆ ਉਹ ਕਿੱਥੇ ਆ ਦੂਜਾ ਨੰਬਰ ਖੜ ਜਾਓ ਗਿਆਰਵਾਂ ਬਾਰਵਾਂ ਤੇਰਵਾਂ ਚੌਦਵਾਂ ਪੰਦਰਵਾਂ ਵਿੱਤ ਕਮਿਸ਼ਨ ਆਇਆ ਠੀਕ ਹੈ ਘੱਟੋ ਘੱਟ ਉਹ 2 ਤੋਂ 2.5 ਕਰੋੜ ਆਇਆ ਉਹ ਪੁੱਛੋ ਤੂੰ ਵੀ ਕਿੱਥੇ ਆ ਉਹ ਸਾਰੇ ਦੱਸੇ ਵੀ ਕੰਮ ਇਹ ਸਾਰੇ ਗਰਾਂਟਾਂ ਆਈਆਂ ਨੇ ਉਹ ਪੁੱਛੋ ਔਰ ਦੂਜਾ ਨੰਬਰ ਆਹ ਸਾਰਾ ਪਿੰਡ ਖੜਿਆ ਠੀਕ ਹੈ ਬਾਈ ਹੱਥ ਜੋੜ ਕੇ ਬੇਨਤੀ ਹੈ ਮੈਂ ਗੁਰਦੁਆਰੇ ਚੜ੍ਹਦਾ ਜੇ ਅੱਜ ਤੱਕ ਕਿਸੇ ਦੀ ਪੈਨਸ਼ਨ ਕਟਾਈ ਹੋਵੇ ਕਿਸੇ ਦਾ ਨਰੇਗਾ ਦਾ ਕੰਮ ਕਕਰਾਲੇ ਦਾ ਆਇਆ ਸੀ ਮੈਟਰ ਧਿਆਨ 'ਚ ਆਇਆ ਸੀਗਾ ਦਰਸ਼ਨ ਸਿੰਘ ਨੇ ਸਰਪੰਚ ਉੱਥੇ ਉਹਨਾਂ ਨੇ ਹਾਂ ਮੌਜੂਦਾ ਸਰਪੰਚ ਨੇ ਉਹਨਾਂ ਨੇ ਕੋਈ ਵੋਟਾਂ ਵੋਟਾਂ ਨੂੰ ਲੈ ਕੇ ਕੱਟ ਕੁੱਟ ਰੱਖਿਆ ਹੋਇਆ ਸੀਗਾ ਉਹਦੇ ਦੌਰਾਨ ਕੋਈ ਲੜਾਈ ਝਗੜਾ ਆਇਆ ਸੀ ਸਾਡੇ ਕੋਲ ਤਲਾ ਆਈ ਸੀ ਮੌਕੇ 'ਤੇ ਡਿਊਟੀ ਅਫਸਰ ਗਿਆ ਸੀਗਾ ਕੋਈ ਲੜਾਈ ਝਗੜਾ ਹੋਇਆ ਉਹਨਾਂ ਦਾ ਕੋਈ ਕੁੱਟਮਾਰ ਹੋਈ ਹੈ ਉਹਦੇ ਸੰਬੰਧੀ ਸਾਨੂੰ ਕੱਲ੍ਹ ਦਰਖਾਸਤ ਦਿੱਤੀ ਹੈ ਦਰਸ਼ਨ ਸਿੰਘ ਜੀ ਨੇ 4 ਕੁ ਬੰਦਿਆਂ ਦਾ ਨਾਂ ਲਿਖਾਇਆ ਉਹਨਾਂ ਦੇ ਖਿਲਾਫ਼ ਬਣਦੀ ਕਾਰਵਾਈ ਕਰ ਰਹੇ ਸੀ ਨਹੀਂ ਆ ਗਏ ਮੇਰੇ ਕੋਲ ਬੈਠੇ ਨੇ ਆਪਾਂ ਰੋਕੂ ਕਾਰਵਾਈ ਉਹਨਾਂ ਦੀ ਲਿਆ ਰਹੇ ਹਾਂ ਅਮਲ 'ਚ ਬੱਬੂ ਆ ਗਿਆ ਬੱਬੂ ਨੇ ਬਾਕੀ ਬੰਦੇ ਵੀ ਆ ਗਏ ਸਾਡੇ ਕੋਲ ਉਹਨਾਂ ਦੀ ਜੋ ਬਣਦੀ ਕਾਰਵਾਈ ਅਸੀਂ ਕਰ ਰਹੇ ਹਾਂ